ਬਾਦਲ ਪਰਿਵਾਰ ਵੱਲੋਂ ਦਰਬਾਰ ਸਾਹਿਬ ਜਾ ਕੇ ਸੇਵਾ ਕਰਨ ਅਤੇ ਆਪਣੇ ਪਿਛਲੇ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਮੁਆਫੀ ਮੰਗਣ ਬਾਰੇ ਟਕਸਾਲੀ ਅਕਾਲੀ ਆਗੂ ਸੇਵਾ ਸਿੰਘ ਸੇਖਵਾ ਨੇ ਕਿਹਾ ਹੈ ਕਿ ਉਹਨਾਂ ਸੱਤਾ ਦੌਰਾਨ ਗਲਤੀਆਂ ਨਹੀਂ ਬਲਕਿ ਗੁਨਾਹ ਕੀਤੇ ਨੇ ਜੋ ਕਦੇ ਮੁਆਫ਼ ਨਹੀਂ ਹੁੰਦੇ। ਉਹਨਾਂ ਕਿਹਾ ਕਿ ਅਕਾਲੀਆਂ ਦੇ ਰੰਗ ਢੰਗ ਵੀ ਮੁਆਫ਼ੀ ਮੰਗਣ ਵਾਲੇ ਨਹੀਂ ਨੇ। ਜਿਹੜੀਆਂ ਭੁੱਲਾਂ ਨੇ ਉਹ ਗੁਰੂ ਮਹਾਰਾਜ ਵੀ ਬਖਸ਼ ਦਿੰਦਾ ਆ ਤੇ ਖਾਲਸਾ ਪੰਥ ਵੀ ਬਖਸ਼ ਦਿੰਦਾ ਆ, ਲੇਕਿਨ ਜਿਹੜੇ ਪਾਪ ਕੀਤੇ ਹੁੰਦੇ ਨੇ ਉਹ ਨਾ ਗੁਰੂ ਬਖਸ਼ ਸਕਦਾ ਅਤੇ ਨਾ ਖਾਲਸਾ ਪੰਥ ਬਖਸ਼ ਸਕਦਾ। ਬਾਦਲਾਂ ਨੇ ਆਪਣੇ 10 ਸਾਲਾਂ ਦੇ ਰਾਜ ਵਿੱਚ ਪਾਪ ਕੀਤੇ ਆ, ਇਸ ਕਰਕੇ ਨਾ ਗੁਰੂ ਨੇ ਬਖਸ਼ਣਾ ਅਤੇ ਨਾ ਖਾਲਸਾ ਪੰਥ ਨੇ ਬਖਸ਼ਣਾ ਆ। ਅਤੇ ਜਿਸ ਢੰਗ ਨਾਲ ਉਹ ਬਖਸ਼ਾਉਣ ਵਾਸਤੇ ਗਏ ਨੇ ਲਾਮ ਲਸ਼ਕਰ ਲੈ ਕੇ ਅਤੇ ਉਹਨਾਂ ਦੀ ਸਿਕਿਉਰਿਟੀ ਵਾਲੇ ਜਿਹੜੇ ਉਹ ਬੂਟ ਪਾ ਕੇ ਲੰਗਰ ਹਾਲ ਤੱਕ ਚਲੇ ਗਏ ਆ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਤੁਸੀਂ ਮਨ ਕਰਕੇ ਭੁੱਲਾਂ ਬਖਸ਼ਾਉਣ ਗਏ ਹੋ ਜਾਂ ਵਿਖਾਵਾ ਕਰ ਰਹੇ ਹੋ? ਇਹ ਮੈਂ ਸਮਝਣਾ ਉਹ ਮਨ ਕਰਕੇ ਇੱਕ ਸੱਚੇ ਸਿੱਖ ਵਜੋਂ ਸੇਵਾ ਕਰਨ ਵਾਸਤੇ ਨਹੀਂ ਗਏ, ਨਾ ਭੁੱਲ ਬਖਸ਼ਾਉਣ ਵਾਸਤੇ ਗਏ ਆ, ਇਹਦੇ ਤੋਂ ਪੋਲੀਟੀਕਲ ਲਾਹ ਲੈਣ ਵਾਸਤੇ ਗਏ ਆ।